ਰਾਜਾਪਤ ਇਸ ਘਟਨਾ ਬਾਰੇ ਗੱਲਬਾਤ ਕਰਨ ਲੱਗੇ ਇੱਕ ਘਟਨਾ ਦੇ ਵਿੱਚ ਧੋਖਾ ਲਾਲਚ ਤੇ ਲਾਲਚਾਂ ਤੋਂ ਕਤਲ ਕੋਈ ਵੀ ਐਸਾ ਅੱਜਕੱਲ ਰਿਸ਼ਤਾ ਨਹੀਂ ਬਚਿਆ ਜਿਹਦੇ ਵਿੱਚ ਜ਼ੁਲਮ ਨਾ ਹੋਇਆ ਹੋਵੇ ਤੇ ਇਹ ਘਟਨਾ ਦੇ ਵਿੱਚ ਵੀ ਜਿਵੇਂ ਆਪਾਂ ਅੱਗੇ ਵਧਾਂਗੇ ਇਹ ਸਾਰਾ ਕੁਝ ਆਪਾਂ ਨੂੰ ਇਹਦੇ ਵਿੱਚ ਮਿਲੇਗਾ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਜਿਹੜੀ ਅੱਜ ਦੀ ਘਟਨਾ ਹੈ ਇਹ ਪੰਜਾਬ ਪੰਜਾਬ ਦਾ ਜ਼ਿਲ੍ਹਾ ਮੋਗਾ ਮੋਗਾ ਦੇ ਅਧੀਨ ਪੈਂਦਾ ਪਿੰਡ ਬਦਨੀ ਖੁਰਦ ਬਦਨੀ ਖੁਰਦ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਹੁੰਦਾ ਇਨਾ ਦਾ ਕਬੇਟਾ ਹੁੰਦਾ ਮਨੀ ਕਰਨ ਸਿੰਘ ਮਨੀ ਕਰਨ ਸਿੰਘ ਦੀ ਜਿਹੜੀ ਉਮਰ ਹੁੰਦੀ ਹੈ 17 ਕ ਸਾਲ ਹੁੰਦੀ ਹੈ ਤੇ ਘੁੰਮਣ ਫਿਰਨ ਦਾ ਸ਼ੌਕੀਨ ਹੁੰਦਾ ਆਪਣੇ ਦੋਸਤਾਂ ਦੇ ਨਾਲ ਕਦੇ ਕਿਤੇ ਜਾਣਾ ਕਦੇ ਕਿਤੇ ਜਾਣਾ ਉਹਦਾ ਜਿਹੜਾ ਰੂਟੀਨ ਹੁੰਦਾ ਹੁਣ ਜਿਹੜੀ ਇਹ ਘਟਨਾ ਹੈ 22 ਫਰਵਰੀ 2024 ਤੇ ਇਸ ਦਿਨ ਵੀ ਇਹ ਘਰੇ ਕਹਿ ਕੇ ਜਾਂਦਾ ਵੀ ਮੈਂ ਆਪਣੇ ਦੋਸਤਾਂ ਦੇ ਨਾਲ ਫਿਲਮ ਦੇਖਣ ਚੱਲ ਜੇੜੇ ਦੋਸਤ ਹੁੰਦੇ ਨੇ ਹਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਇਹ ਘਰੋਂ ਫਿਲਮ ਦੇਖਣ ਦੀ ਕਹਿ ਕੇ ਜਾਂਦਾ ਮੋਗੇ ਵਾਸਤੇ ਉਸ ਦਿਨ ਇਹ ਘਰ ਦੇ ਇੰਤਜ਼ਾਰ ਕਰਦੇ ਨੇ ਫਿਲਮ ਦੇਖ ਕੇ ਵਾਪਸ ਆਏਗਾ ਪਰ ਬਹੁਤ ਦੇਰ ਹੋ ਜਾਂਦੀ ਹੈ ਵਾਪਸ ਨਹੀਂ ਆਉਂਦਾ ਜਦੋਂ ਜ਼ਿਆਦਾ ਦੇਰ ਹੋ ਜਾਂਦੀ ਹੈ ਤਾਂ ਸੁਭਾਵਿਕ ਹੈ ਘਰ ਦੇ ਨੂੰ ਟੈਨਸ਼ਨ ਹੁੰਦੀ ਹੈ ਤੇ ਜਦੋਂ ਟੈਨਸ਼ਨ ਹੁੰਦੀ ਹੈ ਤਾਂ ਉਹ ਇਹਨੂੰ ਫੋਨ ਲਾਉਂਦੇ ਨੇ ਇਹਦਾ ਫੋਨ ਜਿਹੜਾ ਸਵਿਚ ਆਫ ਹੁੰਦਾ ਫਿਰ ਘਰ ਦੇ ਨੂੰ ਹੋਰ ਟੈਨਸ਼ਨ ਹੁੰਦੀ ਹੈ ਪਰ ਉਹਨੂੰ ਹੁੰਦਾ ਵੀ ਚਲੋ ਆਪਣੇ ਦੋਸਤਾਂ ਦੇ ਨਾਲ ਗਿਆ ਤੇ ਦੋਸਤਾਂ ਨੂੰ ਫੋਨ ਬੁਲਾਇਆ ਜਾਂਦਾ ਤੇ ਦੋਸਤਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਨਹੀਂ ਪਤਾ ਸਾਡੇ ਨਾਲ ਨਹੀਂ ਹੈ ਹੁਣ ਘਰ ਦੇ ਅੰਦਰ ਜਿਹੜੀ ਟੈਨਸ਼ਨ ਉਹ ਵੱਧ ਜਾਂਦੀ ਹੈ ਉਧਰੋਂ ਰਾਤ ਹੁੰਦੀ ਹੈ ਤੇ ਘਰ ਦੇ ਫਿਰ ਹੌਲੀ ਹੌਲੀ ਉਹਨੂੰ ਲੱਭਣਾ ਸ਼ੁਰੂ ਕਰਦੇ ਨੇ ਪਿੰਡ ਦੇ ਵਿੱਚ ਪਤਾ ਕਰਦੇ ਨੇ ਜਿੱਥੇ-ਜਿੱਥੇ ਉਹ ਜਾ ਸਕਦਾ ਸੀ ਉੱਥੇ ਲੱਭਿਆ ਜਾਂਦਾ ਹੈ ਰਿਸ਼ਤੇਦਾਰੀਆਂ ਦੇ ਵਿੱਚ ਉਹਦੀ ਭਾਲ ਕੀਤੀ ਜਾਂਦੀ ਹੈ ਜਿੱਥੇ ਕਿਤੇ ਵੀ ਘਰਦਿਆਂ ਨੂੰ ਲੱਗਦਾ ਸੀ ਕਿ ਉਹ ਜਾ ਸਕਦਾ ਹੈ ਤੇ ਜਿੱਥੇ ਨਹੀਂ ਸੀ ਜਾ ਸਕਦਾ ਘਰ ਦੇ ਉੱਥੇ ਵੀ ਲੱਭਦੇ ਨੇ ਪਰ ਉਹ ਕਿਤੇ ਵੀ ਨਹੀਂ ਮਿਲਦਾ ਉਦੋਂ ਬਾਅਦ ਥੱਕ ਹਾਰ ਕੇ ਫਿਰ ਘਰ ਦੇ ਪੁਲਿਸ ਸਟੇਸ਼ਨ ਪਹੁੰਚਦੇ ਨੇ ਬਦਨੀ ਕਲਾ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਜਾ ਕੇ ਮਨੀਕਰ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਮਨੀਕਰ ਸਿੰਘ ਦੇ ਭਰਾ ਵੱਲੋਂ ਹੁਣ ਪੁਲਿਸ ਜਦੋਂ ਰਿਪੋਰਟ ਲਿਖਦੀ ਆ ਤਾਂ ਡਿਟੇਲ ਪੁੱਛਦੀ ਏ ਤਾਂ ਡਿਟੇਲ ਉਹ ਦੱਸਦੇ ਨੇ ਵੀ ਆਪਣੇ ਦੋਸਤਾਂ ਦੇ ਨਾਲ ਫਿਲਮ ਦੇਖਣ ਗਿਆ ਸੀ ਘਰੋਂ ਕਹਿ ਕੇ ਪਰ ਹੁਣ ਉਹਦਾ ਫੋਨ ਵੀ ਸਵਿਚ ਆਫ ਹੈ ਤੇ ਵਾਪਸ ਵੀ ਨਹੀਂ ਆਇਆ ਤੇ ਜੇ ਦੋਸਤਾਂ ਨੂੰ ਫੋਨ ਲਾ ਕੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸਾਨੂੰ ਨਹੀਂ ਪਤਾ ਹੁਣ ਪੁਲਿਸ ਦੇ ਕੋਲ ਇੱਕ 17 ਸਾਲ ਦੇ ਲੜਕੇ ਦੀ ਜਿਹੜੀ ਗੁੰਮਸ਼ਦਗੀ ਦੀ ਰਿਪੋਰਟ ਹੁੰਦੀ ਏ ਤੇ ਦੋ ਨਾਮ ਹੁੰਦੇ ਨੇ ਪੁਲਿਸ ਇਥੋਂ ਤਹਿਕੀਕਾਤ ਸ਼ੁਰੂ ਕਰਦੀ ਏ ਸਭ ਤੋਂ ਪਹਿਲਾਂ ਉਹਨਾਂ ਦੋਨਾਂ ਦੋਸਤਾਂ ਨੂੰ ਮਿਲ ਕੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਏ ਤੇ ਉਹ ਵਾਰ-ਵਾਰ ਜਿਹੜੇ ਆਪਣੇ ਬਿਆਨ ਨੇ ਉਹ ਬਦਲਦੇ ਨੇ ਹੁਣ ਪੁਲਿਸ ਦਾ ਜਿਹੜਾ ਰੋਜ਼ ਦਾ ਕੰਮ ਹੁੰਦਾ ਉਹ ਅੱਖ ਦੇਖ ਕੇ ਦੱਸ ਦਿੰਦੇ ਨੇ ਤੇ ਜਦੋਂ ਪੁਲਿਸ ਉਹਨਾਂ ਨੂੰ ਗੱਲਬਾਤ ਕਰਦੀ ਹੈ ਤਾਂ ਪੁਲਿਸ ਨੂੰ ਲੱਗਦਾ ਜਦੋਂ ਵਾਰ-ਵਾਰ ਉਹ ਬਿਆਨ ਬਦਲਦੇ ਨੇ ਵੀ ਕੁਝ ਨਾ ਕੁਝ ਗੜਬੜ ਫਿਰ ਪੁਲਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਜਦੋਂ ਪੁਲਸ ਆਪਣੇ ਹਿਸਾਬ ਨਾਲ ਪੁੱਛਗਿਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਇਹ ਦੋਨੋਂ ਦੋਸਤ ਵੀ ਬੋਲਦੇ ਨੇ ਜਦੋਂ ਇਹ ਬੋਲਦੇ ਨੇ ਉਹ ਲਾਕੇ ਵਾਲੇ ਤੇ ਪੁਲਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਵੀ ਇੱਕ ਲੜਕੇ ਦੀ ਗੁੰਮਸ਼ੁਦਗੀ ਦੀ ਜਿਹੜੀ ਹੈ ਉਹ ਭਾਲ ਕਰ ਰਹੇ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਥੇ ਐਨਾ ਕੁਝ ਹੱਲ ਹੋ ਜਾਂਦਾ ਜਿਹੜਾ ਪੁਲਿਸ ਨੂੰ ਨਹੀਂ ਪਤਾ ਹੁੰਦਾ ਤੇ ਫਿਰ ਦੱਸਦੇ ਨੇ ਕਿ ਮਨੀ ਕਰਨ ਸਿੰਘ ਦਾ ਕਤਲ ਕਰ ਦਿੱਤਾ ਇਹਨਾਂ ਨੇ ਹੁਣ ਪੁਲਿਸ ਵਾਲੇ ਹੈਰਾਨ ਹੁੰਦੇ ਨੇ ਇਹਨਾਂ ਨੂੰ ਪੁੱਛਦੇ ਨੇ ਵੀ ਕਿੱਥੇ ਕੀਤਾ ਤੇ ਕਿਵੇਂ ਕੀਤਾ ਤਾਂ ਇਹਨਾਂ ਦੀ ਨਿਸ਼ਾਨਦੇਹੀ ਤੇ ਫਿਰ ਪੁਲਿਸ ਇਹਨਾਂ ਦੇ ਨਾਲ ਜਾ ਕੇ ਮਹਿਣਾ ਦੇ ਨੇੜੇ ਰੇਨ ਦੇ ਵਿੱਚੋਂ ਮਨੀ ਕਰਨ ਸਿੰਘ ਦੀ ਜਿਹੜੀ Laash ਹੈ ਇਹਨਾਂ ਨੇ ਨਿਸ਼ਾਨਦੇਹੀ ਤੇ ਉੱਥੋਂ ਉਹ ਬਰਾਮਦ ਕੀਤੀ ਜਾਂਦੀ ਹੈ ਉਹ ਬਰਾਮਦ ਕਰਕੇ ਉਦੋਂ ਬਾਅਦ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਹੁਣ ਪੁਲਿਸ ਨੂੰ ਜਿਹੜੀ ਇਹ ਤਾਂ ਪਤਾ ਲੱਗ ਚੁੱਕਿਆ ਸੀ ਵੀ ਜਿਹਨੂੰ ਲੱਭ ਰਹੇ ਸੀ ਉਹ ਹੁਣ ਕਤਲ ਹੋ ਚੁੱਕਿਆ ਉਹ ਮਰਦਾ ਉਹ ਹੁਣ ਇਸ ਦੁਨੀਆ ਤੇ ਨਹੀਂ ਹੈ ਪਰ ਹੁਣ ਪੁਲਿਸ ਪੁੱਛਦੀ ਹੈ ਵੀ ਇਹਨੂੰ ਕਿਉਂ ਮਾਰਿਆ ਤੇ ਕਿਵੇਂ ਮਾਰਿਆ ਫਿਰ ਜਿਹੜੀ ਉਹ ਸਟੋਰੀ ਦੱਸਦੇ ਨੇ ਉਹ ਬਹੁਤ ਹੀ ਹੈਰਾਨੀ ਜਨਕ ਹੁੰਦੀ ਹੈ ਫਿਰ ਉਹ ਦੱਸਦੇ ਨੇ ਵੀ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਮਨਦੀਪ ਸਿੰਘ ਨਾਮ ਦਾ ਵਿਅਕਤੀ ਹੁੰਦਾ ਜਿਹੜਾ ਕਿ ਹਾਂਗਕਾਂਗ ਦੇ ਵਿੱਚ ਰਹਿੰਦਾ ਹੁੰਦਾ ਸਬੇਤ ਪਰਿਵਾਰ ਇਥੇ ਉਹਦੀ ਜ਼ਮੀਨ ਹੁੰਦੀ ਹੈ ਆਪਣੀ ਜ਼ਮੀਨ ਉਹਨੇ ਠੇਕੇ ਤੇ ਦਿੱਤੀ ਹੁੰਦੀ ਹੈ ਤੇ ਉਹ ਸਾਲ 2 ਸਾਲ ਦੇ ਵਿੱਚ ਆਪਣੀ ਜ਼ਮੀਨ ਦੇਖਣ ਤੇ ਠੇਕਾ ਵਗੈਰਾ ਲੈਣ ਆਉਂਦਾ ਹੈ ਤੇ ਉਹ ਕਦੇ 5 ਦਿਨ ਕਦੇ 15 ਦਿਨ 20 ਦਿਨ 2 ਮਹੀਨੇ ਉਹ ਆਪਣੀ ਮਰਜ਼ੀ ਮੁਤਾਬਕ ਇੱਥੇ ਰਹਿ ਕੇ ਜਾਂਦਾ ਤੇ ਹੁਣ ਵੀ ਜਿਹੜਾ ਮਨਦੀਪ ਸਿੰਘ ਹੈ ਉਹ ਆਪਣੇ ਪਿੰਡ ਆਇਆ ਹੋਇਆ ਸੀ ਤੇ ਉਹ ਕੱਲਾ ਆਇਆ ਸੀ ਤੇ ਕੁਲਵਿੰਦਰ ਸਿੰਘ ਦੀ ਉਹਦੇ ਨਾਲ ਦੁਸ਼ਮਣੀ ਸੀ ਕੁਲਵਿੰਦਰ ਸਿੰਘ ਦਾ ਕੋਈ ਜ਼ਮੀਨੀ ਬਿਵਾਦ ਸੀ ਉਹਦੇ ਨਾਲ ਤੇ ਕੁਲਵਿੰਦਰ ਨੇ ਪਲੈਨਿੰਗ ਕੀਤੀ ਵੀ ਮੈਂ ਇਹਨੂੰ ਸ਼ਬਦ ਜਰੂਰ ਸੁਣਾਣਾ ਉਰੇ ਤਿੰਨੇ ਦੋਸਤ ਪਲਾਨਿੰਗ ਕਰਦੇ ਨੇ ਪਲਾਨਿੰਗ ਇਹ ਕਰਦੇ ਨੇ ਕਿ ਮਨਦੀਪ ਸਿੰਘ ਬਾਹਰੋਂ ਆਇਆ ਇਹਦੇ ਕੋਲ ਪੈਸਾ ਜ਼ਰੂਰ ਹੋਏਗਾ ਆਪਾਂ ਇਹਦੇ ਘਰ ਚੋਰੀ ਕਰਦੇ ਆ ਇਹਨੂੰ ਕੋਈ ਨਾ ਕੋਈ ਝਟਕਾ ਤਾਂ ਲੱਗੇਗਾ ਇਹ ਪਲਾਨਿੰਗ ਦੇ ਤਹਿਤ ਹੁਣ ਇੱਕ ਗੱਲ ਹੈ ਕਰੀਬ 2 ਕੁ ਫਰਵਰੀ ਦੀ 2 ਫਰਵਰੀ ਨੂੰ ਉਹਦੇ ਘਰ ਜਾਂਦੇ ਨੇ ਜਦੋਂ ਉਹਦੇ ਘਰ ਜਾਂਦੇ ਨੇ ਤਾਂ ਜਿਹੜਾ ਮਨਦੀਪ ਸਿੰਘ ਹੁੰਦਾ ਉਹਦੀ ਅੱਖ ਖੁੱਲ ਜਾਂਦੀ ਹੈ ਜਦੋਂ ਉਹਦੀ ਅੱਖ ਖੁੱਲਦੀ ਹੈ ਤਾਂ ਇਹਨਾਂ ਨੂੰ ਦੇਖ ਲੈਂਦਾ ਨੇ ਇਹਦੀ ਸ਼ੱਕ ਲੱਗਦੀ ਦੇਖ ਲੈਂਦਾ ਹੁਣ ਇਹ ਸਾਰੇ ਘਬਰਾ ਜਾਂਦੇ ਨੇ ਵੀ ਇਹਨੇ ਜੇ ਦੇਖ ਲਿਆ ਤਾਂ ਇਹ ਬਾਹਰ ਜਾ ਕੇ ਵੀ ਦੱਸੇਗਾ ਤੇ ਫਿਰ ਇਹ ਉੱਤੇ ਇੱਕ ਹੋਰ ਖਤਰਨਾਕ ਪਲਾਨਿੰਗ ਉਸੇ ਟਾਈਮ ਕਰਦੇ ਨੇ ਇਹ ਉਹਨੂੰ ਉੱਥੋਂ ਮਨਦੀਪ ਸਿੰਘ ਨੂੰ ਗਲ ਕੁੱਟ ਕੇ ਤਿੰਨੇ ਦੋਸਤ ਮਾਰ ਦਿੰਦੇ ਨੇ ਤੇ ਉਹਦੀ লাশ ਨੂੰ ਉੱਥੇ ਹੀ ਛੱਡ ਦਿੰਦੇ ਨੇ ਤੇ ਉਹਦਾ ਇੱਕ ਪਾਲਤੂ ਕੁੱਤਾ ਹੁੰਦਾ ਉਹਨੂੰ ਵੀ ਘਰ ਦੇ ਵਿੱਚ ਇਹ ਬੰਦ ਕਰਕੇ ਬਾਹਰੋਂ ਲੋਕ ਲਾ ਦਿੰਦੇ ਨੇ ਤੇ ਆਪਣੇ ਘਰੋਂ ਚਲੇ ਜਾਂਦੇ ਨੇ ਹੁਣ ਇਹ ਜਿਹੜਾ ਮਨਦੀਪ ਸਿੰਘਾਂ ਉਹਦਾ ਕਤਲ ਕਰ ਚੁੱਕੇ ਹੁੰਦੇ ਨੇ ਕਿਉਂਕਿ ਹਜੇ ਇਹਨਾਂ ਦੀ ਉਮਰ ਵੀ ਬਹੁਤ ਘੱਟ ਸੀ ਉਦੋਂ ਬਾਅਦ ਇਹ ਆਪਣੇ ਘਰ ਚਲੇ ਜਾਂਦੇ ਨੇ ਹੁਣ ਕਿਸੇ ਨੂੰ ਨਹੀਂ ਸੀ ਪਤਾ ਵੀ ਜਿਹੜਾ ਮਨਦੀਪ ਸਿੰਘ ਉਹ ਕਿੱਥੇ ਗਿਆ ਕਿਉਂਕਿ ਉਹ ਕੱਲਾ ਰਹਿੰਦਾ ਹੁੰਦਾ ਤੇ ਘਰੋਂ ਬਾਹਰ ਲੋਕ ਲੱਗਿਆ ਹੁੰਦਾ ਉਹਦਾ ਫੋਨ ਜੇ ਕੋਈ ਟਰਾਈ ਕਰਦਾ ਫੋਨ ਵੀ ਨਹੀਂ ਲੱਗਦਾ ਤਾਂ ਹੁਣ ਸਾਰੇ ਸਮਝਦੇ ਨੇ ਜਾਂ ਤਾਂ ਉਹ ਬਾਹਰ ਚਲਾ ਗਿਆ ਜਾਂ ਕਿ ਰਿਸ਼ਤੇਦਾਰੀ ਚਲਾ ਗਿਆ ਹੋਣਾ ਕਿਉਂਕਿ ਰਿਸ਼ਤੇਦਾਰ ਕੋਈ ਹੈ ਨਹੀਂ ਸੀ ਤੇ ਪਿੰਡ ਦੇ ਲੋਕ ਜਿਉਣਾ ਹੀ ਸੋਚਿਆ ਵੀ ਚਲਾ ਗਿਆ ਪਰ ਇਹਨਾਂ ਤਿੰਨਾਂ ਨੂੰ ਪਤਾ ਸੀ ਵੀ ਜਿਹੜਾ ਮਨਦੀਪ ਸਿੰਘ ਉਹ ਕਿੱਥੇ ਹੈ ਹੁਣ ਉਦੋਂ ਬਾਅਦ ਜਿਹੜਾ ਮਨੀਕਰਨ ਹੁੰਦਾ ਇਹਨਾਂ ਦੂਜੇ ਦੋ ਦੋਸਤਾਂ ਨੂੰ ਕੁਝ ਦਿਨ ਬਾਅਦ ਕਹਿੰਦਾ ਵੀ ਮੈਨੂੰ ਕੁਝ ਪੈਸੇ ਦੀ ਜਰੂਰਤ ਹੈ ਨਹੀਂ ਤਾਂ ਮੈਂ ਜਿਹੜਾ ਰਾਜ ਹੈ ਸਾਰਿਆਂ ਨੂੰ ਦੱਸਾਂਗਾ ਮੈਂ ਤਾਂ ਜਾਵਾਂਗਾ ਜਾਵਾਂਗਾ ਪਰ ਤੁਹਾਨੂੰ ਵੀ ਨਾਲ ਲੈ ਕੇ ਜੇਲ੍ਹ ਜਾਵਾਂਗਾ ਇਹ ਡਰ ਜਾਂਦੇ ਨੇ ਇਹ ਉਹਨੂੰ ਕੁਝ ਪੈਸੇ ਵੀ ਦਿੰਦੇ ਨੇ ਪਰ ਉਸ ਤੋਂ ਬਾਅਦ ਉਹ ਹੋਰ ਪੈਸੇ ਦੀ ਮੰਗ ਕਰਦਾ ਫਿਰ ਇੱਕ ਹੋਰ ਖਤਰਨਾਕ ਜਿਹੜੀ ਪਲਾਨਿੰਗ ਹੈ ਉਹਨੂੰ ਜਨਮ ਦਿੰਦੇ ਨੇ ਉਹਨ ਇੱਕ ਕਤਲ ਤਾਂ ਕਰ ਚੁੱਕੇ ਸੀ ਤਿੰਨੇ ਜਣੇ ਮਿਲ ਕੇ ਹੁਣ ਜਿਹੜਾ ਮਨੀਕਰਨ ਸਿੰਘ ਸੀ ਉਹ ਇਹਨਾਂ ਨੂੰ ਬਲੈਕਮੇਲ ਕਰਦਾ ਸੀ ਫਿਰ ਮਨੀਕਰਨ ਨੂੰ ਵੀ ਮਾਰਨ ਦੀ ਪਲਾਨਿੰਗ ਕਰਦੇ ਨੇ ਉਸੇ ਪਲਾਨਿੰਗ ਦੇ ਤਹਿਤ ਮਨੀਕਰਨ ਨੂੰ ਮੋਗੇ ਬੁਲਾਇਆ ਜਾਂਦਾ ਫਿਰ ਇਹਨੂੰ ਦੇਖਣ ਲਈ ਪਰ ਉੱਥੇ ਕੀ ਕਰਦੇ ਨੇ ਉੱਥੇ ਵੀਰ ਵਗੈਰਾ ਲੈ ਕੇ ਹੁੰਦੇ ਨੇ ਵੀਰਾਂ ਪੀਂਦੇ ਨੇ ਤੇ ਮਣੀ ਕਰਨ ਨੂੰ ਪਲਾਨਿੰਗ ਦੇ ਤਹਿਤ ਵੱਧ ਪਿਆ ਜਾਂਦੀ ਹੈ ਜਦੋਂ ਨਸ਼ੇ ਦੇ ਵਿੱਚ ਹੋ ਜਾਂਦਾ ਹੈ ਉਸ ਤੋਂ ਬਾਅਦ ਉਹਦਾ ਗਲ ਕੁੱਟ ਕੇ ਉਹਨੂੰ ਜਿਹੜੀ ਮਹਿਨਾ ਦੇ ਨੇੜੇ ਡਰੇਨ ਹੈ ਉਹਦੇ ਵਿੱਚ ਡੇਟ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਆਪਣੇ ਘਰ ਆ ਜਾਂਦੇ ਨੇ ਫਿਰ ਉਹਨੂੰ ਲੱਭਣ ਦਾ ਜਿਹੜਾ ਸਾਰਾ ਸਿਲਸਿਲਾ ਚੱਲਦਾ ਸਾਰਾ ਕੁਝ ਤੇ ਹੁਣੇ ਸਾਰਾ ਕੁਝ ਕਬੂਲ ਕਰ ਚੁੱਕੇ ਸੀ ਜਿਹੜੀ ਮਣੀ ਕਨ ਸਿੰਘ ਦੀ ਲਾਸ਼ ਹੈ ਉਹ ਪੁਲਿਸ ਪਹਿਲੀ ਬਰਾਮਦ ਕਰ ਚੁੱਕੀ ਸੀ ਪਰ ਹੁਣ ਇਹਨਾਂ ਦੇ ਇਹ ਸਟੋਰੀ ਸੁਣਾਉਣ ਤੋਂ ਬਾਅਦ ਪੁਲਿਸ ਵੀ ਹੈਰਾਨ ਹੁੰਦੀ ਹੈ ਕਿਉਂਕਿ ਮਨਦੀਪ ਸਿੰਘ ਦਾ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਫਿਰ ਪੁਲਿਸ ਇਹਨਾਂ ਨੂੰ ਲੈ ਕੇ ਮਨਦੀਪ ਸਿੰਘ ਦੇ ਘਰ ਪਹੁੰਚਦੀ ਹੈ ਮਨਦੀਪ ਸਿੰਘ ਦਾ ਘਰ ਜਿਹੜਾ ਹੁੰਦਾ ਕੱਲਾ ਹੁੰਦਾ ਖੇਤ ਦੇ ਵਿੱਚ ਤੇ ਉੱਥੇ ਉਹ ਕੱਲਾ ਹੀ ਰਹਿੰਦਾ ਹੁੰਦਾ ਪਿੰਡ ਦੇ ਨਾਲ ਲੈ ਕੇ ਜਾਇਆ ਜਾਂਦਾ ਘਰ ਦਾ ਲੋਕ ਤੋੜਿਆ ਜਾਂਦਾ ਜਦੋਂ ਪੁਲਿਸ ਅੰਦਰ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਬਦਬੂ ਜਿਹੜੀ ਉੱਥੋਂ ਆਉਂਦੀ ਹੁੰਦੀ ਹੈ ਹੁਣ ਜਦੋਂ ਅੱਗੇ ਜਾ ਕੇ ਦੇਖਦੇ ਨੇ ਮਨਦੀਪ ਸਿੰਘ ਦੀ ਜਿਹੜੀ Laash ਹੈ ਉਹ ਤਕਰੀਬਨ ਸੜ ਚੁੱਕੀ ਹੁੰਦੀ ਹੈ ਉਹ ਤੇ ਪਈ ਹੁੰਦੀ ਹੈ ਉਹਦੇ ਨਾਲ ਇੱਕ ਕੁੱਤਾ ਵੀ ਪਿਆ ਹੁੰਦਾ ਜਿਹੜਾ ਕਿ ਉਥੇ ਭੁੱਖਾ ਹੀ ਮਰ ਜਾਂਦਾ ਜਿੰਨੂੰ ਇਹ ਅੰਦਰ ਬੰਦ ਕਰਕੇ ਕਿਉਂਕਿ ਜਿਹੜੀ ਇਹਨਾਂ ਨੇ ਵਾਰਦਾਤ ਕੀਤੀ ਸੀ ਮਨਦੀਪ ਸਿੰਘ ਨੂੰ ਮਾਰਿਆ ਸੀ ਉਹ ਕਰੀਬ 2 ਫਰਵਰੀ ਦਾ ਸੀ ਹੁਣ ਜਿਹੜਾ ਵਾਕਿਆ ਸੀ ਇਹ ਸੀ 24 ਫਰਵਰੀ ਦਾ ਇੰਨੇ ਦਿਨ ਜਿਹੜੀ ਲਾਸ਼ ਉਹ ਅੰਦਰ ਪਈ ਰਹਿੰਦੀ ਹੈ ਤਾਂ ਉਹ ਤਕਰੀਬਨ ਲਾਸ਼ ਅੱਧੀ ਗੱਲ ਸੜ ਜਾਂਦੀ ਹੈ ਪੁਲਿਸ ਫਿਰ ਉਹ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੁਣ ਪੁਲਿਸ ਹਰਾਨ ਸੀ ਇੱਕ ਬੱਚੇ ਦੀ ਜਿਹੜੀ ਗੁੰਮਸ਼ੁਦਗੀ ਦੀ ਦਾ ਕੇਸ ਹੱਲ ਕਰਨ ਲੱਗੀ ਸੀ ਤੇ ਦੋ ਕਤਲਾਂ ਤੱਕ ਪਹੁੰਚ ਜਾਂਦੀ ਹੈ ਇਹਨਾਂ ਤੇ ਐਫ ਆਈ ਆਰ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਹੁਣ ਦੇਖੋ ਇਹ ਕੇਸ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਬਦਲੇ ਦੀ ਭਾਵਨਾ ਦੇ ਵਿੱਚ ਕਤਲ ਕੀਤਾ ਗਿਆ ਤੇ ਇੱਕ ਕਤਲ ਨੂੰ ਲੁਕਾਉਣ ਲਈ ਦੂਜਾ ਕਤਲ ਕੀਤਾ ਗਿਆ ਤੇ ਦੋਸਤ ਨੂੰ ਜਿਹੜਾ ਸੀ ਦੋਸਤਾਂ ਨੂੰ ਬਲੈਕਮੇਲ ਕਰਨ ਲੱਗਿਆ ਉਹ ਵੀ ਆਪਣੀ ਜਿਹੜਾ ਜਾਨ ਤੋਂ ਹੱਥੋਂ ਬੈਠਾ ਰਿਸ਼ਤੇਦਾਰੀ ਤੇ ਜਿਹੜੀ ਇੱਕ ਯਾਰੀ ਦੋਸਤੀ ਹੈ ਹਮੇਸ਼ਾ ਦੇਖ ਕੇ ਕਰਨੀ ਚਾਹੀਦੀ ਹੈ ਇੱਕ ਗਲਤ ਸਟੈਪ ਚੱਕਿਆ ਇੱਕ ਗਲਤ ਕਿਸੇ ਨਾਲ ਰਿਸ਼ਤਾ ਜੁੜਿਆ ਇੱਕ ਗਲਤ ਦੋਸਤੀ ਬਣੀ ਉਹ ਸਾਰੀ ਜ਼ਿੰਦਗੀ ਬਰਬਾਦ ਕਰ ਦਿੰਦੀ ਹੈ ਮਣੀਕਰ ਨਾਲ ਵੀ ਇਹੀ ਕੁਝ ਹੋਇਆ ਜਿਹਦਾ ਉੱਠਣਾ ਬੈਠਣਾ ਗਲਤ ਬੰਦਿਆਂ ਨਾਲ ਸੀ ਤਾਂ ਹੀ ਉਹ ਇਸ ਪਾਸੇ ਗਿਆ ਤਾਂ ਹੀ ਅੱਜ ਇਸ ਦੁਨੀਆ ਤੋਂ ਉਹਨੂੰ ਜਾਣਾ ਪਿਆ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਤੇ ਜਿਹੜੇ ਦੂਜੇ ਦੋ ਦੋਸਤ ਸੀ ਜਿਹਦਾ ਜਮੀਨੀ ਵਿਵਾਸ ਸੀ ਹਰ ਮਸਲੇ ਦਾ ਹੱਲ ਬੈਠ ਕੇ ਜਾਂ ਕੋਰਟ ਦੁਆਰਾ ਹੋ ਸਕਦਾ ਹੈ ਪਰ ਜਿਹੜਾ ਉਹਨੇ ਰਸਤਾ ਚੁਣਿਆ ਬਹੁਤ ਗਲਤ ਸੀ। ਉਹਨਾਂ ਦੇ ਹੱਥ ਕੀ ਆਇਆ? ਅੱਜ ساری ਜ਼ਿੰਦਗੀ ਹੁਣ ਜੇਲ੍ਹ ਦੇ ਵਿੱਚ ਤੇ ਦੋ ਦੋ ਕਤਲ ਕਰਕੇ ਦੋ ਦੋ ਕਤਲਾਂ ਦਾ ਜਿਹੜਾ ਬੋਝ ਆ ਆਪਣੇ ਸਿਰ ਲੈ ਕੇ ਜ਼ਿੰਦਗੀ ਜਿਹੜੀ ਕੱਢਣੀ ਆ ਬਹੁਤ ਔਖੀ ਆ। ਤੇ ਜਿਨ੍ਹਾਂ ਦਾ ਜਵਾਨ ਉੱਤ ਗਿਆ ਉਹਨਾਂ ਦਾ ਜਿਹੜਾ ਜਿਉਣਾ ਉਹ ਵੀ ਬਹੁਤ ਔਖਾ। ਤੇ ਹਮੇਸ਼ਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਮਾਪੇ ਦਾ ਭੈਣ ਭਰਾ ਦਾ ਹਰੇਕ ਦਾ ਰਿਸ਼ਤੇ ਬਹੁਤ ਜ਼ਿਆਦਾ ਜ਼ਰੂਰੀ ਆ। ਰਿਸ਼ਤੇ ਦੀ ਕਦਰ ਕਰੋ ਇਹਨਾਂ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀ